ਸਤਿ ਸ਼੍ਰੀ ਅਕਾਲ ਮੈਂ ਡਾਕਟਰ ਸੰਦਲੀ ਕਈ ਹਸਪੀਟਲ ਤੋਂ ਜਨਾਨਾ ਰੋਗਾਂ ਦੀ ਵਿਸ਼ੇਸ਼ਗਿ ਅੱਜ ਅਸੀਂ ਫਾਈਬਰੋਇਡਸ ਬਾਰੇ ਗੱਲ ਕਰਾਂਗੇ ਫਾਈਬਰੋਇਡਸ ਮਾਸ ਦੀ ਰਸੋਲੀ ਹੁੰਦੀ ਹੈ ਜਿਹੜੀ ਬੱਚੇਦਾਨੀ ਦੇ ਅੰਦਰ ਜਾਂ ਬੱਚੇਦਾਨੀ ਦੇ ਬਾਹਰ ਵਾਲੀ ਤਹਿ 'ਚ ਪਾਈ ਜਾਂਦੀ ਹੈਗੀ ਹੈ ਫਾਈਬਰੋਇਡਸ ਜੈਨੇਟਿਕ ਵੀ ਹੁੰਦੀ ਹੈ ਜਾਂ ਇਹ ਹਾਰਮੋਨਲ ਇੰਬੈਲੈਂਸ ਕਰਕੇ ਜਿਹੜਾ ਆਪਣਾ ਈਸਟ੍ਰੋਜਨ ਹਾਰਮੋਨ ਹੁੰਦਾ ਹੈ ਉਹਦੇ ਇੰਬੈਲੈਂਸ ਕਰਕੇ ਹੋ ਜਾਂਦੀ ਹੈ ਫਾਈਬਰੋਇਡਸ ਵਿੱਚ ਪੇਸ਼ੈਂਟ ਨੂੰ ਪੇਨ ਪੇਟ 'ਚ ਪੇਨ ਰਹਿ ਸਕਦੀ ਹੈ ਮਹੀਨਾ ਅੰਤੇ ਵੀ ਕਾਫੀ ਪੇਨ ਰਹਿ ਸਕਦੀ ਹੈ ਬਲੀਡਿੰਗ ਇਰੈਗੂਲਰ ਹੋ ਸਕਦੀ ਹੈ ਬਹੁਤ ਜ਼ਿਆਦਾ ਬਲੀਡਿੰਗ ਹੋ ਸਕਦੀ ਹੈਗੀ ਹੈ ਇਹ ਡਿਪੈਂਡ ਸਿਮਟਮਸ ਡਿਪੈਂਡ ਕਰਦੇ ਹੈ ਜਾਂ ਤਾਂ ਫਾਈਬਰੋਇਡ ਦੇ ਸਾਈਜ਼ 'ਤੇ ਜੇ ਛੋਟੇ ਫਾਈਬਰੋਇਡਸ ਹੈ ਤਾਂ ਵੀ ਪੇਸ਼ੈਂਟ ਨੂੰ ਕਾਫੀ ਤਕਲੀਫ ਹੋ ਸਕਦੀ ਹੈ ਕਈ ਵਾਰ ਪੇਸ਼ੈਂਟ ਨੂੰ ਕਾਫੀ ਵੱਡੇ ਵੱਡੇ ਫਾਈਬਰੋਇਡਸ ਹੁੰਦੇ 10-11 ਸੈਂਟੀਮੀਟਰ ਦੇ ਫਾਈਬਰੋਇਡ ਹੁੰਦੇ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੁੰਦੀ ਜਦੋਂ ਲਾਰਜ ਫਾਈਬਰੋਇਡਸ ਕਰਕੇ ਉਹਨਾਂ ਨੂੰ ਪ੍ਰੈਸ਼ਰ ਸਿਮਟਮਸ ਹੁੰਦੇ ਜਿਸ ਤਰ੍ਹਾਂ ਕੌਨਸਟੀਪੇਸ਼ਨ ਹੋਣਾ ਜਾਂ ਪਿਸ਼ਾਬ ਦੀ ਜਗ੍ਹਾ 'ਤੇ ਪਾਰ ਪੈਣਾ ਸ਼ੁਰੂ ਹੁੰਦਾ ਪਿਸ਼ਾਬ ਬਾਰ ਬਾਰ ਆਉਂਦਾ ਉਦੋਂ ਹੀ ਉਹਨਾਂ ਨੂੰ ਸਮਝ ਆਉਂਦੀ ਅਤੇ ਕੋਈ ਉਹਨਾਂ ਨੂੰ ਤਕਲੀਫ ਹੈਗੀ ਜਿਹਦੇ ਕਰਕੇ ਇਹ ਪ੍ਰੋਬਲਮਸ ਆ ਰਹੀਆਂ ਅਤੇ ਸਕੈਨਿੰਗ ਤਾਂ ਡਿਟੈਕਟ ਹੁੰਦਾ ਕਿ ਉਹਨਾਂ ਨੂੰ ਵੱਡੀ ਰਸੌਲੀ ਹੈਗੀ ਹੈ ਨਾ ਇਹਦਾ ਟ੍ਰੀਟਮੈਂਟ ਕੀ ਹੈਗਾ ਜੇ ਤਾਂ ਰਸੌਲੀਆਂ ਛੋਟੀ 5 ਸੈਂਟੀਮੀਟਰ ਤੋਂ ਛੋਟੀ ਹੈਗੀਆਂ ਅਤੇ ਪੇਸ਼ੈਂਟ ਆਪਣੀ ਪ੍ਰੈਗਨੈਂਸੀ ਵੀ ਪਲਾਨ ਕਰਨਾ ਚਾਹੁੰਦੇ ਜਾਂ ਹਲੇ ਫੈਮਲੀ ਕੰਪਲੀਟ ਨਹੀਂ ਹੈਗੀ ਹੈ ਤਾਂ ਉਹਨੂੰ ਦਵਾਈ ਨਾਲ ਵੀ ਕੁਲਾਇਆ ਜਾ ਸਕਦਾ ਹੈ ਪਰ ਜੇ ਬਹੁਤ ਵੱਡੀਆਂ ਰਸੌਲੀਆਂ ਹੈਗੀਆਂ ਫਿਰ ਉਹਨੂੰ ਲੈਪਰੋਸਕੋਪੀ ਦੁਆਰਾ ਜਾਂ ਓਪਨ ਸਰਜਰੀ ਦੁਆਰਾ ਹੀ ਕੱਢਿਆ ਜਾ ਸਕਦਾ ਕਈ ਵਾਰ ਫਾਈਬਰੋਇਡ ਜਿਹੜੀ ਹੈਗੀ ਹੈ ਇਨਫਰਟੀਲਿਟੀ ਵੀ ਕੋਜ਼ ਕਰਦੇ ਹੈ ਜੇ ਸਾਨੂੰ ਲੱਗਦਾ ਕਿ ਇਨਫਰਟੀਲਿਟੀ ਸਿਰਫ ਫਾਈਬਰੋਇਡਸ ਕਰਕੇ ਹੀ ਹੈਗੀ ਹੈ ਫਿਰ ਉਹਨਾਂ ਨੂੰ ਪਹਿਲਾਂ ਹੀ ਕੱਢਣਾ ਚਾਹੀਦਾ ਅਤੇ ਬਾਅਦ 'ਚ ਪ੍ਰੈਗਨੈਂਸੀ ਪਲਾਨ ਕਰਨਾ ਚਾਹੀਦਾ ਥੈਂਕ